वाहेगुरु जी। अंचल गह के साध का तरना ए हो संसार। सारी संगत पढ़ियो नाल नाल। कहिंदे जे भव सागर तरना है ना ते संतां दा पल्ला फड़ लै, साधु दा पल्ला फड़ लै ते भव जल तर जाएगा। रखे रखन हार आप उबारियन, गुर की पैरी पाए काज सवारियन। हुआ आप दयाल मनो ना विसारियन, साध जना के संग पव जलता। अंचल गह के साध का तरना एहो संसार। 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 पार ब्रह्म राती है, पार ब्रह्म राती है, पार ब्रह्म राती है, पार उतरे सब परवार, उतरे सब परवार। अंचल गह के साध का तरना एहो संसार। अंचल साध का तरना एहो संसार। मीठे हर गुण गाओ जिंदू तुम, मीठे हर गुण गाओ मीठे हर गुण गाओ जिंदू हर गुण गाओ। सच्चे से रत्या मिलया निथावेथाओ, पार ब्रह्म हरा दिए, पार
ब्रह्म उदरे सब परवा सो जीवन सोए पार ब्रह्म आराधिए जपो पार ब्रह्म उतरे सब परवार सब परवार अंचल कह के साथ का करना एहो संसार अंचल कह के साथ माल खजाना
कर हर के चरण निधान दर तेरे प्रभु तुदनो मंगे दान नानक जाच दर तेरे प्रभु तुदनो मंगे दान पार ब्रह्म उदरे सब परवार अंचल गह के साधता तरना एव अंचल गह के साधता एहो संसार अंचल गह के साध का सरना एहो संसार पव जल तर जाई ते संतां दी संगत करके पव जल तर जाई ते संतां दी संगत करके सारियां भैणां पढ़ो पव जल तर जाई संगत करके संतां दी संगत करके संतां दी संगत करके संतां दी संगत करके ओ संतां दी संगत करके संतां दी संगत करके पव जल तर जाई दे संतां दी संगत करके पव जल तर जाई दे संतां दी संगत करके पव जल तर जाई दे संतां दी संगत करके पव जल तर जाई बोलो जी पव जल तर जाई धन धन बाबा कुंदन सिंह जी महाराज सोने दा सब तो शुद्ध रूप जदों सोने नूं सेक विच उहनूं ढाली जाइए
ਵੱਧ ਤੋਂ ਵੱਧ ਸੇਕ ਫੁੱਲ ਸੇਕ ਤੇ ਉੱਪਰ ਤੇ ਜਿਹੜਾ ਉਹਦਾ ਸ਼ੁੱਧ ਰੂਪ ਬਣਦਾ ਹੈ ਉਹਨੂੰ ਕੁੰਦਨ ਕਹਿੰਦੇ ਤੇ ਸਾਡੇ ਮਹਾਂਪੁਰਖ ਪ੍ਰੀਤਮ ਪਿਆਰੇ ਧੰਨ ਧੰਨ ਬਾਬਾ ਕੁੰਦਨ ਸਿੰਘ ਜੀ 19 ਮਾਘ 1 ਫਰਵਰੀ ਸਨ 2002 ਦੁਪਹਿਰ ਦੇ 2:30 ਵਜੇ ਜੀ ਟੀਵੀ ਗੁਰੂ ਤੇਗ ਬਹਾਦਰ ਹੋਸਪਿਟਲ ਲੁਧਿਆਣੇ ਸੈਕਿੰਡ ਫਲੋਰ ਤੇ ਰੂਮ ਦੇ ਵਿੱਚ ਏਦਾਂ ਲੰਮੇ ਪਏ ਆ ਤੇ ਸੇਵਾਦਾਰਾਂ ਨੂੰ ਕੀ ਕਹਿੰਦੇ ਆ ਜਿਹੜੇ ਕੋਲ ਖੜੇ ਆ ਕਹਿੰਦੇ ਐਨਕਾਂ ਲਾ ਦਿਓ ਐਨਕਾਂ ਕਹਿ ਦਿਓ ਵਾਹਿਗੁਰੂ ਅੰਦਾਜ਼ਾ ਲਾਇਓ ਸੇਵਾਦਾਰ ਨੇ ਐਨਕਾਂ ਲਾ ਤੀਆਂ ਉੱਥੇ ਬੈੱਡ ਤੇ ਲੇਟੇ ਹੋਏ ਸੇਵਾਦਾਰ ਨੇ ਐਨਕਾਂ ਲਾ ਦਿੱਤੀਆਂ ਬੈੱਡ ਤੇ ਲੇਟੇ ਹੋਏ ਨੇ ਤੇ ਕੀ ਕੀਤਾ ਕਹਿੰਦੇ ਹੁਣ ਰੁਮਾਲਾ ਲਾਓ ਬੋਲੋ ਵਾਹਿਗੁਰੂ ਜਿਹੜੀ ਉੱਪਰ ਚਾਦਰ ਸੀ ਨਾ ਉਹਨੂੰ ਥੋੜਾ ਜਿਹਾ ਇੱਦਾਂ ਕਰ ਦਿੱਤਾ ਤੇ ਪਤਾ ਕੀ ਪੜਿਆ ਫਿਰ ਪੂਰੀ ਹੇਕ ਲਾ ਕੇ ਸੋਰਠ ਮਹੱਲਾ ਪੰਜਵਾਂ ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਧ ਪਛਾ ਇਹ ਸਾਰਾ ਹੁਕਮਨਾਮਾ ਸ਼ਬਦ ਪੜਿਆ ਤੇ ਅਖੀਰਲੀ ਪੰਕਤੀ ਤੇ ਆ ਕੇ ਸਿਰ ਝੁਕਾ ਦਿੱਤਾ ਸਿਰ ਝੁਕਾ ਕੇ ਤੇ ਅਖੀਰਲੀ ਪੰਕਤੀ ਪੜ੍ਹੀ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਤਿਗੁਰੂ ਇਸ ਹੁਕਮਨਾਮੇ ਨੂੰ ਪੜ੍ਹਦੇ ਜਾਣੋ ਵੀ ਇਉਂ ਕਹਿ ਰਹੇ ਨੇ ਕਿ ਹੇ ਗੁਰੂ ਨਾਨਕ ਗਰੀਬ ਨਵਾਜ ਸੱਚੇ ਪਾਤਸ਼ਾਹ ਤੇਰੇ ਚਰਨਾਂ 'ਚ ਰਹਿ ਕੇ ਸੇਵਾ ਕਰਦਿਆਂ ਵਿਚਰਦਿਆਂ ਆਉਂਦਿਆਂ ਜਾਂਦਿਆਂ ਪਤਾ ਨਹੀਂ ਕਿੰਨੀਆਂ ਕੁ ਗਲਤੀਆਂ ਕਿੰਨੀਆਂ ਕੁ ਭੁੱਲਾਂ ਹੋ ਗਈਆਂ ਉਹ ਤੁਸੀਂ ਹਮਰੀ ਗਣਤ ਨਾ ਗਣਿਆ ਉਹ ਗਿਣਤੀ ਮਿਣਤੀ ਨਾ ਕਰਿਓ ਮਹਾਰਾਜ ਤੇ ਅਖੀਰਲੀ ਪੰਕਤੀ ਵਿੱਚ ਜਾਣੋ ਸ਼ੁਕਰਾਨਾ ਕਰ ਰਹੇ ਨੇ ਕਿ ਕੁੰਦਨ ਕੌਣ ਸੀ ਸੇਵਾ ਕਰਨ ਵਾਲਾ ਇਹ ਤਾਂ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਤਿਗੁਰੂ ਇੰਨੇ ਸੋਹਣੇ ਬਾਬਾ ਜੀ ਦੇ ਚਿਹਰੇ ਦੇ ਦਰਸ਼ਨ ਕਰੀਏ ਨਾ ਜਦੋਂ ਤੇ ਦਿਲ ਕਰਦਾ ਸੀ ਇਹਨਾਂ ਵੱਲ ਨਿਗਾ ਹੀ ਗੱਡ ਲਈ ਇੰਨਾ ਪਿਆਰਾ ਸਰੂਪ ਬਾਬਾ ਕੁੰਦਨ ਸਿੰਘ ਜੀ ਦਾ ਸੱਚਮੁੱਚ ਦਾਸ ਜਿਹਦੇ ਪਹਿਲੀ ਵਾਰ ਬਾਬਾ ਕੁੰਦਨ ਸਿੰਘ ਦੇ ਦਰਸ਼ਨ ਕੀਤੇ ਨਾ ਕਮਰੇ ਵਿੱਚ ਤੇ ਦਾਸ ਦਾ ਅੰਦਰੋਂ ਭਾਵ ਸੀ ਮੈਨੂੰ ਇਉਂ ਲੱਗਾ ਕਿ ਅੱਜ ਰੱਬ ਦੇ ਦਰਸ਼ਨ ਹੋ ਗਏ ਰੱਬ ਵਾਕਈ ਉਹਨਾਂ ਦੇ ਵਿੱਚੋਂ ਰੱਬ ਦਿਸਦਾ ਸੀ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕੇਲਾ ਲੀ ਉਹਨਾਂ ਦੇ ਬਚਨਾਂ ਵਿੱਚੋਂ ਰੱਬ ਝਲਕਦਾ ਸੀ ਬਾਬਾ ਸੁਖਦੇਵ ਸਿੰਘ ਜੀ ਮਹਾਂਪੁਰਸ਼ ਇਹ ਵੱਡੇ ਹਨ ਸਾਡੇ ਜਿਨ੍ਹਾਂ ਨੇ ਵੱਡੀਆਂ ਘਾਲਣਾਂ ਵੱਡੀਆਂ ਸੇਵਾਵਾਂ ਕੀਤੀਆਂ ਪਰ ਬਾਬਾ ਕੁੰਦਨ ਸਿੰਘ ਜੀ ਵਾਲਾ ਪਿਆਰ ਜਿਹੜਾ ਇੱਕ ਵਾਰ ਨਾ ਧਰਮਕੋਟ ਗਏ ਬਾਬਾ ਜੀ ਸੰਤ ਗੁਰਮੇਲ ਸਿੰਘ ਜੀ ਗੱਡੀ ਚਲਾ ਕੇ ਲੈ ਕੇ ਗਏ ਅਸੀਂ ਵੀ ਬਾਬਾ ਜਿੰਦੂ ਜੀ ਵੀ ਦਾਸ ਵੀ ਮੋਗਾ ਜੀ ਵੀ ਅਸੀਂ ਵੀ ਨਾਲ ਧਰਮਕੋਟ ਪਿਛਲੀ ਗੱਡੀ ਚ ਤੇ ਉੱਥੇ ਸੰਗਤ ਇਕੱਠੀ ਹੋ ਗਈ ਵੀ ਬਾਬਾ ਜੀ ਆਏ ਬਾਬਾ ਜੀ ਮਿਲੇ ਸਭ ਨੂੰ ਪ੍ਰਸ਼ਾਦ ਦਿੱਤਾ ਤੇ ਜਦੋਂ ਗੱਡੀ 'ਚ ਬਹਿ ਕੇ ਤੁਰਨ ਲੱਗੇ ਨਾ ਪਿਆਰਿਓ ਤੇ 68 ਦੇ ਬਾਹਰ ਨਾ ਗੇਟ ਹੈ ਸ਼ੇਰਾਂ ਵਾਲਾ ਇੱਦਾਂ ਬਾਬਾ ਜੀ ਦੀ ਗੱਡੀ ਉੱਥੇ ਰੁਕ ਗਈ ਪਿੱਛੇ 5-6 ਗੱਡੀਆਂ
भी की गल है अगे क्यों नहीं जान दे रहे कौन है। जदों उतर के देखिया ते धर्मकोट इलाके दी संगत दे निक्के निक्के बच्चे संगियां दे गड्डी दे चारे एक पासे खड़ गए हाथ जोड़ के। बाबा कुंदन सिंह जी कहंदे भाई सानू लंघ लैण दिओ। एक निक्का जिहा बच्चा पता की कहंदा, कहंदा बाबा जी साडा जी करदा थानू वेखी जाइए, साडा दिल करदा थानू वेखी जाइए। बाबा जी दे चेहरे चो रब दींदा सी प्यारे सचमुच। हर हर जन दोए एक बिब विचार किछन, केड़ी केड़ी सिफत केड़ी केड़ी उपमा करिए केड़ी केड़ी सोभा। बाबा जी तो टुटियां गंढ गए टुटियां। बाबा अजीत सिंह जी हंसाली वाले ब्रह्म ज्ञानी महामहिमा बचन सुनाया महापुरखा ने, कहिंदे उत्थे बैठे कह दिंदे हुंदे सी। नाले एक दिन भी मिले नहीं बाबा कुंदन सिंह जी, उन्होंने उत्थे बैठिया कहना दुनिया का भार था वो महापुरख चक्की बैठे है आखो सतनाम। होन हार टाले संत मुए कोजी वाले संत, एक संत होवे बाबा कुंदन सिंह जी वर्गा। वाह 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 वाह, नहीं रीसा बाबा जी पाए गहे जब ते तुमरे तवे, तब ते को आंख तरे नहीं। जदों दे तेरे पैर फड़े ना बस फिर कोई पाया ही नहीं उस तो बाद, तेरे वर्गा तू ही मिलिया तेरे वर्गा होर कोई नहीं मिलिया। एडे गरीब नवाज ये साडा है, इनू रख लै इनू कमरा दे दे, तू पक्का रहना साडे कोल तू किते नहीं जाना। वाह वाह वाह, ए प्रेम कर दे बाबा जी हरे को, छेती आया कर छेती मिलके जाया कर। बड़िया बख्शिशा दित्तियां धन बाबा कुंदन सिंह जी। ये जिंदगी किसी ने लिखिया है ना, आओ पढ़ियो एक बारी फिर समाप्ति है। तेरे बाज जिंदड़ी नू तेरे बाज जिंदड़ी नू सहारा किसने देना सी। जिन्ना नू वाकई सहारा दिता है ते मन दे ने फिर पढ़ियो गज के गूंजा पा दियो साजां तो बगैर ही। तेरे बाज जिंदड़ी नू सहारा किसने देना सी। तेरे बाज जिंदड़ी नू सहारा किसने देना सी। पैना तेरे बाज तरुल ही जानी सी किनारा किसने देना सी। तेरे बाज
ओ तेरे बाद जिंदगी नो सहारा किसने देना सी, तेरे बाद जिंदड़ी नो तेरे कुछ नहीं कह सकती दास दी जीबा उन्हां दी सोभा विच। बस ऐसे महापुरशां नूं कई बारी दास सोचदा वी एडे किन्ने क चंगे कर्म कीते सी जोनियां वी तैनूं इस जिंदगी विच धन बाबा कुंदन सिंह जी वर्गे साधु मिल गए, ऐसे महापुरख मिल गए, शुक्र है। नमो 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 नेत 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 है, करोड़ा बार नमस्कार नमस्कार। धन्यवाद महापुरखां दा जिन्हां ने कृपा कीती समा बख्शिया, क्योंकि दिल तां करदा हुंदा वी सारी रातां ही बैठीए, पूर्णमाशी भी बरसियां भी, पर पिछे अस्थान दी जिम्मेवारी है। सेवादार बिहंग मुन्ने की हुंदे आ जिहड़े नाल हुंदे आ, ते जाके ड्यूटियां भी सब ने करनियां हुंदियां, इस करके हाजरी प्रवान करियो जी, सब दा धन्नवाद जी। आया नू बापू दी बरसी ते आया नू जी, आया नू सब दे चरणा ते नमस्कार, सब नू ही करोड़ां वार नमस्कार। वाहिगुरु जी का खालसा, वाहिगुरु जी की फतेह।